ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਆਪਾਂ ਬਾਬੇ ਰੋਡੋ ਦੀ ਬਰਸੀ ਦਾ ਪਾਰਟ 2 ਲੈ ਕੇ ਆਏ ਹਾਂ ਜੀ। ਪਾਰਟ 2 ਉਸ ਪਹਿਲੇ ਵਾਲੇ ਪਾਰਟ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਸੀ ਵੀ ਆਪਣਾ ਬਾਬਾ ਜੀ ਦਾ ਤਪਸਥਾਨ ਅਤੇ ਮੱਥਾ ਟੇਕ ਦੀ ਸੰਗਤ ਵੀ ਉੱਥੇ ਬਾਰੇ ਕਿੱਦਾਂ ਮੱਥਾ ਟੇਕਿਆ ਨੌਰ ਬਾਰੇ ਦੱਸਿਆ ਸੀ ਅਤੇ ਦਿਖਾਇਆ ਸੀ ਵੀਡੀਓ ਦੇ ਵਿੱਚ। ਅਤੇ ਹੁਣ ਜਿਹੜਾ ਦੂਜਾ ਪਾਰਟ ਹੈ ਸੱਭਿਆਚਾਰ ਮੇਲਾ ਜੀ, ਜਿਹੜੇ ਆਪਣੇ ਤਾਂ ਸਿੰਗਰ ਲੱਗੇ ਸੀ ਜਾਂ ਇੱਥੇ ਹੋਰ ਮੇਲਾ ਭਰਿਆ ਸੀ, ਤੁਹਾਨੂੰ ਸਾਰਾ ਉਹਦੇ ਬਾਰੇ ਦਿਖਾਵਾਂਗੇ ਆਪਾਂ। ਆਹ ਪਹਿਲਾ ਪਾਰਟ ਤਾਂ ਤੁਸੀਂ ਦੇਖ ਚੁੱਕੇ ਹੋ ਜੀ, ਹੁਣ ਦੂਜਾ ਪਾਰਟ ਤੁਸੀਂ ਦੇਖੋ ਅਤੇ ਆਪਾਂ ਵੀਡੀਓ ਕਰਦੇ ਹੁਣ ਸ਼ੁਰੂ। ਜਿਵੇਂ ਕਿ ਤੁਸੀਂ ਪਹਿਲਾਂ ਵੀਡੀਓ 'ਚ ਦੇ ਰਹੇ ਸੀ, ਆਪਾਂ ਉੱਧਰੋਂ ਮੱਥਾ ਟੇਕ ਕੇ ਆਇਆ ਸੀ। ਹੁਣ ਮੈਂ ਮੋਟਾ ਅਤੇ ਗਿੰਦਾ ਸੀ ਚੱਲੇ ਉੱਧਰ ਸਟੇਡੀਅਮ ਜਗ੍ਹਾ ਸਾਈਡ, ਜਿੱਧਰ ਉੱਧਰ ਸੱਭਿਆਚਾਰ ਮੇਲਾ ਵਾ, ਮੋਟਾ ਜਾਂਦਾ ਮੂਹਰੇ। ਅਤੇ ਇੱਥੇ ਨਾਲ ਹੀ ਆਪਣੇ ਜਦੋਂ ਬੈਕ ਸਾਈਡ ਆ ਨਾ, ਇੱਥੇ ਨਾਲ ਹੀ ਸਕੂਲ ਦੇ ਨਾਲ ਸਟੇਡੀਅਮ ਆ। ਇੱਥੇ ਦੇ ਛਬੀਲਾਂ ਸਾਰੀਆਂ, ਉਹ ਸਾਰੀਆਂ ਛਬੀਲਾਂ ਲੱਗੀਆਂ ਜੀ, ਨਾਲ ਲੰਗਰ ਲੱਗੇ ਹੋਏ ਆ। ਜਾਣੀ ਕਿ ਕਿਸੇ ਚੀਜ਼ ਦੀ ਤੁਹਾਨੂੰ ਇੱਦਾਂ ਲੋੜ ਨਹੀਂ ਪੈ ਸਕਦੀ ਵੀ ਤੁਸੀਂ ਕਹਿ ਸਕੋ ਕਿ ਆਪਾਂ ਨੂੰ ਬਾਹਰੋਂ ਕੁਛ ਲੈ ਕੇ ਜਾਣਾ ਖਾਣਾ ਪੈਣਾ ਪੈਸਿਆਂ ਦਾ, ਸਭ ਕੁਛ ਇੱਥੇ ਫ੍ਰੀ ਚੱਲਦਾ ਜੀ। ਪ੍ਰਸ਼ਾਦੇ ਫ੍ਰੀ ਵਰਤ ਰਹੇ ਨੇ, ਦਾਰੂ ਵੀ ਜਿਵੇਂ ਆਪਾਂ ਸ਼ਰਾਬ ਕਹਿੰਦੇ ਇੱਥੇ ਦੇਖ ਕਹਿੰਦੇ ਦੇਖ ਫ੍ਰੀ ਵਰਤਾ ਰਹੇ ਨੇ ਉਹਦੀ। ਅਤੇ ਆਹ ਤਾਂ ਨਾਲ ਲੱਸੀ ਚੱਲ ਰਹੀ ਹੈ ਜੀ, ਨਾਲ ਛਬੀਲਾਂ ਤਾਂ ਬਹੁਤ ਜ਼ਿਆਦਾ ਆ। ਛਬੀਲਾਂ ਦਿਲੋਂ ਸਾਰੇ ਪਿੰਡਾਂ ਦੀਆਂ ਅੱਡਾ ਅੱਡਾ ਦੀਆਂ ਗੱਡੀਆਂ ਲਈਆਂ। ਆਹ ਵੱਡੇ ਪੱਖੇ ਵੀ ਨਹੀਂ ਹੁੰਦੇ ਜਿਹੜੇ ਟਰੈਕਟਰ ਦੇ ਮਗਰ ਲਾ ਕੇ ਹੁੰਦੇ ਆ, ਉਹ ਵੀ ਚੱਲਦੇ ਇਹਨਾਂ ਕੋਲ ਸਾਰੇ। ਵੀ ਪੂਰਾ ਬੰਦੋਬਸਤ ਤਾਂ ਪੂਰਾ ਵਾ, ਕੋਈ ਕਿਸੇ ਚੀਜ਼ ਦੀ ਕੋਈ ਲੱਗੇ ਡੱਬ ਡੱਬ ਗਰਾਉਂਡ ਗਰਾਉਂਡ ਦੇ ਵਿੱਚ ਸਾਰੇ ਲੰਗਰ ਲੱਗੇ ਹੋਏ ਸੀ, ਪਰੇ ਪਰੇ ਤੱਕ ਲੰਗਰ ਸੀ ਜੀ। ਚਲੋ ਅਸੀਂ ਇੱਧਰ ਚੀਜ਼ ਜਾਵਾਂਗੇ, ਨਾਲੇ ਵੀਡੀਓ ਬਣਾਉਣ ਚੱਲਦੇ, ਨਾਲੇ ਆਪਣੇ ਪਿੰਡ ਵਾਲੇ ਮੁੰਡੇ ਟਰਾਲੀ ਲੈ ਕੇ ਆਇਆ, ਉਹਨਾਂ ਕੋਲ ਚੱਲਦੇ ਹਾਂ। ਬਸ ਚਾਰੇ ਵੱਡੇ ਪੱਖੇ ਲੱਗੇ ਦੇਖੋ ਜੀ, ਵੀ ਸੰਗਤ ਲਈ ਲੱਗੇ ਹੋਏ ਆ ਸਾਰੇ ਇਹ, ਵੀ ਜਿਹੜੇ ਪਿੰਡ ਦੇ ਲੰਗਰ ਲਾਏ ਹੋਏ ਆ, ਟਰਾਲੀਆਂ ਤੋਂ ਪ੍ਰਸ਼ਾਦਾ ਪ੍ਰਤਾਉਂਦੇ ਛਬੀਲ ਲਾਈ ਆ, ਨਾਲ ਦੇ ਨਾਲ ਪੱਖੇ ਵੀ ਲਾ ਕੇ ਦਿੰਦੇ ਜੀ। ਇਹ ਬਾਈ ਹੁਣ ਮੇਲਾ ਤਾਂ ਲੈ ਕੇ ਆਏ, ਹੁਣ ਇੱਥੇ ਥੱਲੇ ਲਾਉਣਗੇ ਪੱਖਾ ਟਰੈਕਟਰ 'ਚ ਲੈ ਕੇ ਆਇਆ ਲੈ ਟਰਾਲੀ 'ਚ। ਬਹੁਤ ਜ਼ਿਆਦਾ ਮੇਲਾ ਭਰਿਆ ਹੋਇਆ ਸੀ ਸੱਭਿਆਚਾਰ ਮੇਲਾ ਜੀ। ਇਹਦੇ ਜਾਣੀ ਕਿ ਪਹਿਲੇ ਦਿਨ ਲੇਡੀਜ਼ ਦਾ ਮੇਲਾ ਹੁੰਦਾ ਬੁੜੀਆਂ ਦਾ, ਅਤੇ ਉੱਧਰੋਂ ਮੱਥਾ ਟੇਕਦਾ ਬਾਬਾ ਜੀ ਦੇ ਵਪਾਰ ਸੀ ਉੱਥੇ। ਅਤੇ ਦੂਜੇ ਦਿਨ ਹੁੰਦਾ ਵਾ ਬੰਦਿਆਂ ਦਾ, ਉਹਦੇ ਵਿੱਚ ਫਿਰ ਉਹਦੇ 'ਚ ਵਿੱਚ ਕੋਈ ਲੇਡੀਜ਼ ਦੀ ਐਂਟਰੀ ਹੁੰਦੀ, ਲੇਡੀਜ਼ ਵਾਲੇ ਦਿਨ ਕਿਸੇ ਬੰਦੇ ਦੀ ਨਹੀਂ ਐਂਟਰੀ ਹੁੰਦੀ। ਅੱਜ ਸਾਰੇ ਬੰਦੇ ਜਾਂਦੇ ਇਕੱਠ ਜੀ ਇੱਥੇ, ਨਾਲੇ ਪ੍ਰਸ਼ਾਦੇ ਵਰਤ ਰਹੇ ਨੇ ਜੀ, ਸਾਰੇ ਟਰਾਲੀ ਵਾਲੇ ਦੇ ਅੱਡ ਅੱਡ ਪਿੰਡਾਂ ਦੇ ਆਏ ਹੋਏ ਆ ਜੀ। ਜੇ ਕਿਸੇ ਵੀ ਨਹੀਂ ਜਿੰਨੀ ਲੋੜ ਅਨੁਸਾਰ ਪ੍ਰਸ਼ਾਦਾ ਜੋ ਕੱਟ ਤਾਂ ਬਹੁਤ ਹੈ ਜੀ, ਉਹਦੇ ਕਿਸੇ ਨੂੰ ਦੇਖ ਰਿਹਾ ਵਾ। ਟਰੈਕਟਰ ਟਰੈਕਟਰ ਖੜ੍ਹਾ, ਸਾਰੇ ਟਰੈਕਟਰ ਗੱਡੀਆਂ ਖੜ੍ਹਾ ਕੇ ਸਾਰੇ ਉੱਧਰ ਪੰਡਾਲ 'ਚ ਆ। ਇੱਥੇ ਨਾ ਨੱਚ ਰਹੇ ਹੁੰਦੇ ਆ ਵੀ ਸਾਰੇ ਪਿੰਡ ਵਾਲੇ, ਆਪਦੇ ਜਿਹੜੇ ਟੋਲੇ ਬਣਾ ਕੇ ਬਹਿ ਜਾਂਦੇ, ਜਿਹਨੇ ਕੋਈ ਸੁੱਖ ਹੁੰਦੇ ਜਾਂ ਨਾਤੇ ਫਿਰ ਆਪਦੇ ਬੰਦੇ ਉੱਥੇ ਬਹਿ ਕੇ ਆ ਤਾਂ ਇੰਜੋਇਮੈਂਟ ਕਰਦੇ ਕਰਦੇ ਪਿੰਡ, ਉਹਨਾਂ ਦੇ ਬਣਾ ਕੇ ਬਹਿ ਜਾਂਦੇ, ਟੋਲੇ ਬਣਾ ਕੇ ਬਹਿ ਜਾਂਦੇ ਆ। ਆਹ ਥਾਂ ਹਰ ਢੋਲ ਵਾਲੇ ਪਿੰਡ ਜਿੱਥੇ ਇਕੱਠੇ ਹੁੰਦੇ, ਉਹਨਾਂ ਕੋਲ ਆ ਕੇ ਨੱਚਣ ਲੱਗ ਜਾਂਦੇ ਆ ਬਹੁਤ। ਉੱਥੇ ਫਿਰ ਆਪਣੇ ਲੋਕ ਇੰਜੋਇਮੈਂਟ ਕਰਦੇ, ਪਰ ਇੱਥੇ ਕੋਈ ਲੜਦਾ ਨਹੀਂ ਬਾਬੇ ਰੋਡੂ ਦੀ ਨਹੀਂ ਕਰਤਾ, ਕੋਈ ਲੜਦਾ ਨਹੀਂ ਇੱਥੇ, ਨਾ ਕਿਸੇ ਨੂੰ ਕੋਈ ਗਲਤ ਬੋਲਦਾ ਵਾ, ਵੀਰੇ ਵੀਰੇ ਕਰਦੇ ਰਹਿੰਦੇ ਜੀ ਸਾਰੇ। ਆਹ ਲੋਕ ਪ੍ਰਸ਼ਾਦਿਆਂ ਦਾ ਲੰਗਰ ਚੱਲਦਾ ਜੀ, ਇੱਧਰ ਵੀ ਪ੍ਰਸ਼ਾਦਿਆਂ ਲੰਗਰ, ਸਾਰੇ ਟਾਲੀਆਂ ਕੋਲ ਇੱਥੇ ਪ੍ਰਸ਼ਾਦਿਆਂ ਦਾ ਲੰਗਰ ਆ ਜੀ। ਇੱਧਰ ਹੋਰ ਮੇਲਾ ਭਰਿਆ ਸੀ ਜੀ, ਇਹ ਬੈਕ ਸਾਈਡ ਆਪਣੀ ਜਗ੍ਹਾ ਜਿੱਥੇ ਸਟੇਡੀਅਮ ਦੇ ਨਾਲ ਆ ਬਿਲਕੁਲ, ਇੱਥੇ ਲੋਕ ਇੰਜੋਇਮੈਂਟ ਕਰ ਰਹੇ ਨੇ। ਗਰਮੀ ਵੀ ਬਹੁਤ ਸੀ ਉੱਧਰ, ਬਹੁਤ ਜ਼ਿਆਦਾ ਗਰਮੀ ਸੀ। ਬਸ ਇੱਥੇ ਇੱਥੇ ਢੋਲ ਵੱਜ ਜਾਂਦਾ, ਨਾਚ ਜਾਂਦੇ ਨੇ, ਨੱਚਣਾ ਕੋਈ ਗਾਣੇ ਲੈ ਕੇ ਨੱਚੀ ਜਾਂਦਾ ਵਾ, ਬਹੁਤ ਘੱਟ ਸੀ ਜੀ। ਅਸੀਂ ਸਟੇਡੀਅਮ ਕੰਨੀ ਨਹੀਂ, ਸੋਰੀ ਹਾਂ ਸਟੇਡੀਅਮ ਨਹੀਂ, ਉੱਥੇ ਜਿੱਧਰ ਸਿੰਗਰ ਲੱਗੇ ਉੱਧਰ ਚੱਲੇ ਸੀ ਆਪਣੇ ਪਿੰਡ ਵਾਲੇ ਮੁੰਡੇ ਕੋਲ, ਤਾਂ ਅਸੀਂ ਇੱਧਰ ਦੀ ਵਿੱਚ ਹੀ ਨਹੀਂ ਗਏ। ਬੜੇ ਬੜੇ ਸੜਕ ਤੋਂ ਵਾਰ ਵਾਰ ਚੀਜ਼ ਬਣੇ, ਉਹਦਾ ਵੀ ਇਕੱਠ ਬੜਾ ਹੋਣਾ ਸੀ, ਫਿਰ ਰਸਤੇ ਵਿੱਚ ਨਾ ਭੀੜ ਭੜੱਕਾ ਬੜਾ ਹੋ ਜਾਂਦਾ ਵਾ। ਆ ਜਲੋ ਇੱਥੇ ਵੀ ਪੈਰ ਰੱਖਣ ਨੂੰ ਜਗ੍ਹਾ ਹੈ ਨਹੀਂ ਗੀ, ਇੰਨਾ ਇਕੱਠ ਹੀ ਦੇ ਲਓ। ਹਾਂ ਜਿਵੇਂ ਤੁਹਾਨੂੰ ਬੀਜਦੀ ਨਹੀਂ ਸਾਹਮਣੇ ਟੈਂਟ ਲੱਗਿਆ, ਅਤੇ ਇੱਥੇ ਨਾ ਜਾਣੀ ਕਿ ਦੇਖ ਵਰਤਾਉਂਦੇ ਆ ਦਾਦੀ ਦਾਰੂ, ਜਿਵੇਂ ਬਸ ਸ਼ਰਾਬ ਚੜ੍ਹਾ ਚੜ੍ਹਾਵਾ ਉੱਧਰ ਚੜ੍ਹੀ ਨਹੀਂ ਹੁੰਦੀ ਦਾਰੂ, ਜਾਂ ਪਿੰਡਾਂ ਵਾਲੇ ਵੀ ਹੁੰਦੇ ਆ ਇੱਥੋਂ, ਫਿਰ ਜਿਹੜਾ ਵੱਧ ਜਾਂਦੇ ਇੱਥੇ ਅਕਲਿਆ ਕੇ ਵਰਤਾਈ ਜਾਂਦੇ ਆ ਸਾਰੀ ਤਰ੍ਹਾਂ ਦੇ। ਇੱਥੇ ਨਾ ਫਿਰ ਨਾ ਡਰੰਮ ਰੱਖੇ, ਡਰੰਮਾਂ 'ਚ ਵਰਤਵਾ ਕੇ ਨਾਲ ਇਹਦਾ ਲੰਗਰ ਚੱਲਦਾ ਜੀ। ਇੱਕ ਸਾਈਡ ਹਰ ਕੋਠੇ ਤੋਂ ਵੀਰ ਇੱਕ ਸਾਈਡ ਬਣਾਉਣਾ ਕਹਿੰਦਾ, ਅਤੇ ਪ੍ਰਸ਼ਾਦਾ ਬਣਾਉਂਦੇ ਅਤੇ ਫਿਰ ਦਾਰੂ ਚੱਲਦੀ ਆ। ਬਹੁਤ ਘੱਟ ਜੀ, ਬਹੁਤ ਘੱਟ ਸਾਰੇ ਪੱਖੇ ਲੱਗੇ, ਉਹਨਾਂ ਦਾ ਟੈਂਟ ਟੁੰਟ ਲਾਇਆ ਟਰਾਲੀ ਦੇ ਵਿੱਚ, ਮਗਰ ਢੋਲ ਰੱਖੇ ਹੋਏ ਆ। ਇੱਧਰ ਪ੍ਰਸ਼ਾਦਾ ਚੱਲਦਾ ਜੀ ਆਪਣਾ ਵੀਰ ਅੰਦਰੋਂ ਲਾਇਆ ਕਿਸੇ ਦਾ ਆਪਦਾ ਘਰੋਂ, ਇਹ ਕੰਧ ਉੱਤੇ ਜੀ ਪਤਾਉਂਦਾ ਇਕੱਠ ਵਾਲਾ ਕਰਕੇ ਜੀ, ਨਾਲ ਨੋਕ ਟੁੱਕ ਜਾਂਦਾ ਜਦੋਂ ਨਿਕਲਣ ਸਾਨੂੰ ਰਾਹ ਨਹੀਂ, ਬਹੁਤ ਔਖੇ ਨਿਕਲ ਗਏ ਸੀ।
गर्मी भी बहुत सी उस दिन उधर बैठे उधरों चारों ठंडा हो गया ना फिर नाद में फेस होगा नहीं बताने अच्छा लंघ के अगे जाना सी तो लंघन तो हौली हौली बच्चे ही लंघ रहे हैं लंघन जगह है नहीं जमी ज्यों ज्यो जिन्हें जिन्हें आराम लेने फिर लंघी जाने हाँ तो इदा कप्पा च पा पा के सारा दिन थोड़े जोड़े अंदर पानी पुनी कड़ा के सब कुछ देंगे उ पहले कोई लोग उधर जाते हैं कोई वापस आ रहे कोई जा रहे हैं बहुत जाने के इकट्ठ गए बहुत भीरों तो इधर लुधियाने साइड तो पता भी इतने मेला लगता चलो बाकी जिन्होंने नहीं पता उन्होंने वीडियो देख के देख लेना बाकी अखबारों से पढ़ लेना कोई टीवी देख लेना पता लग जाता जी बस हूँ आप अगे चलता अपने पिंड वाले मुंडे को इतने ढोल बज रहे हैं एक साइड प्रसाद चल एक साइड छबीलें चल रही ने खट तो बहुत आ देखो जी जे आप उधर नाल बोल के बना देता ना शोर के आवाज नहीं साफ होनी सी करके असी ना रिकॉर्डिंग बाद की ऑडियो की भी फिर समार के बच्चे आप बोल सकते हैं अपनी आवाज भी क्लीयर होगी नहीं तो फिर बच्चे ना शोर शराबा बहुत ढोल बजता है कोई गाने चलते जनरेटर चलते एक साइड से ये बहुत बड़ी प्रॉब्लम आ रही थी तो ही नहीं उदर असी वॉइस रिकॉर्डिंग की थी। इधर पकौड़े चल रहे हैं जी इधर प्रशादा चल रहा वै आ जनरेटर लगे हुए हैं ये मेरा स्टेज पर नहीं जा रहा लाइट इन्हों की आप भी तो स्टेज पर पहुँच गए अपने पिंड वाले वीर मोटे भी नहीं खड़े पहले ही जाते हैं अपने पिंड ट्राली लैके आए या भी होर आपके साधन तो सारे पिंड भी पिंड के मुंडे अपने सारे ही असमें अपने गवंढी हाँ भी पिंड सारे इंजॉयमेंट कर रहे हैं इस टाइम पूरा उधर सिंगर लगे आत्मा बुढ़े वाली आ तो होर बहुत सिंगर आए हुए थे अणखीले भी नहीं आए हुए थे उन्होंने कहने के टाइम बाद ਕੱਟ ਬਹੁਤ ਹੀ ਦਿੱਕਤ ਹੋਈ ਇੱਕ ਨੇ ਮਿੱਠੇ ਦਰਸ਼ ਹੋਈ ਵੀਰ ਬਹੁਤ ਕੱਟ ਸੀ ਆਹ ਦਾਰੂ ਪੀ ਕੇ ਵਿੱਚ ਖਰਾਬ ਕਰਨ ਵਾਲੇ ਵੀ ਹੁੰਦੇ ਬਾਈ ਸਟੇਜ ਤੇ ਉੱਪਰ ਚੜ ਗਏ ਮੈਂ ਮੂਰੇ ਤਾਰਾਂ ਲੱਗੀਆਂ ਲੋਹੀਆਂ ਤਾਂ ਵੀ ਪੁੱਛੜਾ ਖਾਦਾ ਵਾ ਇੱਕ ਤੋਂ ਹੁੰਦੀ ਜਾਵੇ ਜਦੋਂ ਉਹਨਾਂ ਨੂੰ ਖਰਾਬ ਕਰਨੀ ਫਿਰ ਉਹਨੂੰ ਚਾਹ ਕੇ ਸਕਿਉਰਟੀ ਵਾਲੇ ਲਾਉਂਦੇ ਇੱਕ ਸਾਈਡ ਲੱਗ ਕੇ ਖੜਾਉਂਦੇ ਲੋਕ ਇਹਨਾਂ ਮੂਰੇ ਜਗ੍ਹਾ ਛੱਡ ਦੇ ਨਾ ਵੀਹ ਕੁ ਫੁੱਟ ਦਾ ਹੋਗਾ ਵੀਹ ਬਾਈ ਵੀਹ ਦਾ ਮੇਰੇ ਮੂਰੇ ਸਾਰੀਆਂ ਤਾਰਾਂ ਲਾਈਆਂ ਜਿਹੜੀਆਂ ਨੇ ਕੰਡੇ ਵਾਲੀ ਤਾਰਾਂ ਹੁੰਦੀ ਉੱਪਰ ਸਟੇਜ ਦੇ ਨੇੜੇ ਨੇ ਜਾਵੇ ਅਰੇ ਫਿਰ ਨਹੀਂ ਹਰਦਾ ਜੀ ਅਜੇ ਦੀਆਂ ਨੇ ਸਾਨੂੰ ਅੱਗੇ ਦੇਖੋ ਪ੍ਰੋਗਰਾਮ ਬਹੁਤ ਵਧੀਆ ਸੀ ਬਹੁਤ ਵਧੀਆ ਚੱਲ ਰਿਹਾ ਸੀ ਸਾਡੇ ਯਾਰ ਪ੍ਰੋਗਰਾਮ ਬਹੁਤ ਵਧੀਆ ਸੀ ਜਿਹੜੇ ਬਿਰਧ ਆਸ਼ਰਮ ਬਣੇ ਨੇ
ਉਹ ਅਸੀਂ ਬਣਵਾਏ ਨੇ ਚੱਲ ਬਾਪੂ ਉੱਥੇ ਛੱਡਿਆਈਏ ਤੈਨੂੰ ਤੇ ਜਿਹੜੀਆਂ ਮਿੰਨੀ ਬੱਸਾਂ ਕਾਮਯਾਬ ਕੀਤੀਆਂ ਨੇ ਜਿਹੜੀਆਂ ਮੇਰੀਆਂ ਭੈਣਾਂ ਸਹੁਰਿਆਂ ਤੋਂ ਲੜ ਕੇ ਚੜ੍ਹਦੀਆਂ ਨੇ ਨਾ ਮਿੰਨੀ ਬੱਸੇ ਚੜ੍ਹਦੀਆਂ ਨੇ ਫ੍ਰੀ ਬੱਸਾਂ ਉਹ ਹੱਥ ਬੰਨ ਕੇ ਬੇਨਤੀ ਆ ਅਸਲ ਹੁਣ ਅਸੀਂ ਵੀ ਵਾਪਸ ਚੱਲੇ ਸੀ क्योंकि अद्धे अपने पिंड वाले मुंडे तो थोड़ा लेट होना से असं आपके साथ उन्हें अड्डा ही कार च तो असं फिर टाइम ना जाना से असं इतों ढाई बजे तुरे से ढाई तीन एक बजे दो घंटे तीन घंटे रहे अभी दो तीन घंटे बस ये होना मेला पूरा भरया रहा तो डेली पोस्ट वाले बना रहे हैं वीडियो चैनल वाले तो बहुत हो मेला दिखाते जाए अपनी कार थोड़ी जी परे खड़ी थी रहा उधर से तुरके रहना पैदा फिर मैं तो गिंदा सी मोटा तरह पाया मोटा कहना मैं भी सुन उन्होंने ना आऊँगा ट्राली से वो ट्राली से गए चलो मैं चल दिया अभी मैं कम से माड़ा जहाँ तो करके पहला तुर पे इतों थोड़े जो बार बार से रोड देती से करनी थी एक इस जगह घर के मूहे लाए थे हूँ तो कर चाहिए फिर आप चलते पेंड में बाकी तुम राह इंजॉयमेंट करो देखो हाँ जी दोस्तों वीडियो बनाते समय कोई लफ्ज बच्चों मेरे तो बोलन लगे कोई शब्द की गलती हो गई या लफ्ज में कोई गलत बोले जाए तो माफ़ करना तो वीडियो में लाइक करना शेयर करना तो साढ़े चैनल सबसक्राइब करना धन्यवाद जी सत श्री अकाल। Thank you.